ਗਰਦੀਵਾਲ ਵਿੱਚ ਛੋਟੇ ਭਰਾ ਦੇ ਵੱਲੋਂ ਵੱਡੇ ਭਰਾ ਦੇ ਕਤਲ ਕੀਤੇ ਜਾਣ ਦੀ ਅਸਲ ਵਜ੍ਹਾ ਦਾ ਪੁਲਿਸ ਨੇ ਖੁਲਾਸਾ ਕੀਤਾ ਹੈ। ਲੰਘੀ ਰਾਤ ਇੱਕ ਛੋਟੇ ਭਰਾ ਦੇ ਵੱਲੋਂ ਵੱਡੇ ਭਰਾ ਦੇ ਕਤਲ ਕਰਨ ਦੀ ਖਬਰ ਸਾਹਮਣੇ ਆਈ ਸੀ, ਜਿਸ ਵਿੱਚ ਗਰਦੀਵਾਲ ਦੇ ਨੇੜਲੇ ਪਿੰਡ ਰਮਦਾਸਪੁਰ ਵਿੱਚ ਛੋਟੇ ਭਰਾ ਦੇ ਵੱਲੋਂ ਵੱਡੇ ਭਰਾ ਦਾ ਬਰਹਿਮੀ ਨਾਲ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਸੀ। ਹੁਣ ਇਸ ਵਿੱਚ ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਮਨਪ੍ਰੀਤ ਸਿੰਘ ਨਸ਼ੇ ਦਾ ਆਦੀ ਹੈ ਅਤੇ ਉਹ ਨਸ਼ੇ ਦੀ ਹਾਲਤ ਵਿੱਚ ਰਹਿੰਦਾ ਸੀ ਅਤੇ ਕਈ ਕਈ ਵਾਰ ਕਈ ਕਈ ਦਿਨ ਤੱਕ ਘਰ ਤੋਂ ਦੂਰ ਰਹਿੰਦਾ ਸੀ। ਉਹ ਆਪਣੇ ਨਸ਼ੇ ਦੀ ਪੂਰਤੀ ਲਈ ਵੱਡੇ ਭਰਾ ਤੋਂ ਪੈਸੇ ਮੰਗਦਾ ਰਹਿੰਦਾ ਸੀ। ਇਹਨਾਂ ਦੋਵਾਂ ਭਰਾਵਾਂ ਦੇ ਮਾਂ ਪਿਓ ਦੀ ਕਾਫੀ ਸਮਾਂ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਇਹ ਦੋਵੇਂ ਭਰਾ ਦਾਦੀ ਨਾਲ ਰਹਿੰਦੇ ਸਨ ਅਤੇ ਦਾਦੇ ਦੀ ਵੀ ਕਾਫੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਸੀ। ਵੱਡਾ ਭਰਾ ਮਨਜੋਤ ਸਿੰਘ ਜੋ ਕਿ ਇੱਕ ਮਿਹਨਤੀ ਇਨਸਾਨ ਸੀ, ਉਹ ਮਿਹਨਤ ਕਰਕੇ ਸਾਰੇ ਘਰ ਦਾ ਖਰਚਾ ਚਲਾ ਰਿਹਾ ਸੀ ਅਤੇ ਜਲਦੀ ਹੀ ਉਹ ਘਰ ਦੀ ਗਰੀਬੀ ਦੂਰ ਕਰਨ ਲਈ ਵਿਦੇਸ਼ ਜਾ ਰਿਹਾ ਸੀ। ਛੋਟਾ ਭਰਾ ਉਸ ਤੋਂ ਅਕਸਰ ਹੀ ਨਸ਼ੇ ਦੇ ਲਈ ਪੈਸੇ ਮੰਗਦਾ ਸੀ, ਪਰ ਵੱਡਾ ਭਰਾ ਉਸ ਨੂੰ ਨਸ਼ਾ ਛੱਡਣ ਲਈ ਕਹਿੰਦਾ ਸੀ, ਜਿਸ ਕਾਰਨ ਘਰ ਵਿੱਚ ਅਕਸਰ ਹੀ ਲੜਾਈ ਹੁੰਦੀ ਰਹਿੰਦੀ ਸੀ। ਬੀਤੀ ਰਾਤ ਗੁੱਸੇ ਵਿੱਚ ਆ ਕੇ ਛੋਟੇ ਭਰਾ ਨੇ ਵੱਡੇ ਭਰਾ ਦਾ ਕਤਲ ਕਰ ਦਿੱਤਾ ਅਤੇ ਇੱਕ ਕਹਾਣੀ ਬਣਾਈ ਕਿ ਉਸਦੇ ਘਰ ਉੱਤੇ ਬੰਦਿਆਂ ਨੇ ਹਮਲਾ ਕਰ ਦਿੱਤਾ ਹੈ। ਇਸ ਉਪਰੰਤ ਕਥਿਤ ਦੋਸ਼ੀ ਵੱਲੋਂ ਰਾਤ ਕਤਲ ਕਰਨ ਤੋਂ ਬਾਅਦ ਪਿੰਡ ਦੇ ਸਰਪੰਚ ਸੁਮਿੰਦਰ ਸਿੰਘ ਨੂੰ ਫੋਨ 'ਤੇ ਕਿਹਾ ਗਿਆ ਕਿ ਸਾਡੇ ਘਰ ਦੇ ਉੱਤੇ ਬੰਦੇ ਪੈ ਗਏ ਹਨ। ਸਰਪੰਚ ਵੱਲੋਂ ਤੁਰੰਤ ਗਰਦੀਵਾਲ ਪੁਲਿਸ ਨੂੰ ਸੂਚਨਾ ਦਿੱਤੀ ਗਈ। ਜਦੋਂ ਪੁਲਿਸ ਸਰਪੰਚ ਨਾਲ ਮੌਕੇ 'ਤੇ ਪੁੱਜੀ ਤਾਂ ਘਰ ਦੀਆਂ ਲਾਈਟਾਂ ਬੰਦ ਸਨ ਅਤੇ ਬਾਹਰਲਾ ਗੇਟ ਬੰਦ ਸੀ। ਪੁਲਿਸ ਵੱਲੋਂ ਜਦੋਂ ਕਮਰੇ ਵਿੱਚ ਜਾ ਕੇ ਦੇਖਿਆ ਗਿਆ ਤਾਂ ਮਨਜੋਤ ਸਿੰਘ ਦੇ ਗਲੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਪੂਰੀ ਤਰ੍ਹਾਂ ਗਲਾ ਵੱਢ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਉੱਥੇ ਹੁਣ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਵਿੱਚ ਲੱਗ ਚੁੱਕੀ ਹੈ। ਉਹਦੇ ਵਿੱਚ ਇਹ ਤਾਂ ਸੀ, ਇਹਨਾਂ ਦੇ ਮਾਂ ਬਾਪ ਛੋਟੇ ਹੁੰਦੇ ਦੇ ਮਰ ਗਏ ਸੀ ਦੋਵਾਂ ਭਰਾਵਾਂ ਦੇ, ਅਤੇ ਇਹ ਦੋਵੇਂ ਭਰਾ ਦਾਦੀ ਉਹਨਾਂ ਨੂੰ ਪਾਲਣ ਪੋਸ਼ਣ ਕੀਤਾ ਅਤੇ ਘਰ 'ਚ ਰਹਿੰਦੇ ਸੀ। ਜਿਹੜਾ ਮੁੰਡਾ ਮਰਨ ਵਾਲਾ ਹੈਗਾ ਇਹ ਕਰ ਸਕਦਾ ਤਾਂ ਅਸੀਂ ਘਰ ਦੇ ਵਿੱਚ ਅਤੇ ਪੈਸਾ ਧੇਲਾ ਸਾਰਾ ਇਹੀ ਦੇਖਦਾ ਸੀ। ਜਿਹੜਾ ਛੋਟਾ ਮੁੰਡਾ ਸੀ ਉਹ ਨਸ਼ੇ ਦਾ ਆਦੀ ਸੀ ਅਤੇ ਉਹ ਇਹਨਾਂ ਕੋਲ ਪੈਸਿਆਂ ਦੀ ਹਮੇਸ਼ਾ ਡਿਮਾਂਡ ਕਰਦਾ ਰਹਿੰਦਾ ਸੀ ਅਤੇ ਪੈਸੇ ਮੰਗਦਾ ਰਹਿੰਦਾ ਸੀ। ਉਹ ਇਸ ਕਰਕੇ ਕਦੀ ਲਾਲੂ ਉੱਤੇ ਚਲੇ ਵੀ ਜਾਂਦਾ ਸੀ, ਘਰੋਂ ਬਾਹਰ ਚੱਲ ਜਾਂਦਾ ਸੀ, ਅਤੇ ਹੁਣ ਵੀ ਇਹ ਥੋੜ੍ਹੇ ਦਿਨ ਪਹਿਲਾਂ ਲੜ ਕੇ ਗਿਆ ਸੀ ਅਤੇ 10-15 ਦਿਨ ਬਾਹਰ ਹੀ ਰਿਹਾ। ਹੁਣ ਦੁਬਾਰਾ ਇਹ ਫਿਰ ਵਾਪਸ ਆਇਆ ਅਤੇ ਪਿੰਡ ਵਾਲਿਆਂ ਨੇ ਇਹਨੂੰ ਕਿਹਾ ਕਿ ਤੇਰੇ ਘਰ ਟਿਕ ਜਾਏਗਾ। ਇਹਨੇ ਇਸੇ ਰੰਜਿਸ਼ ਕਰਕੇ ਨਾ ਵੀ ਮੈਨੂੰ ਖਰਚਾ ਪਾਣੀ ਦਿੰਦਾ, ਮੈਨੂੰ ਤੰਗ ਕਰ ਰਿਹਾ, ਅਤੇ ਇਹਨੇ ਉਸ ਨੂੰ ਕਤਲ ਕਰਤਾ। ਨਹੀਂ, ਜਿਹੜਾ ਦੂਸਰਾ ਮੁੰਡਾ ਸੀ ਉਹ ਠੀਕ ਸੀ, ਉਹਨੇ ਬਾਹਰ ਜਾਣ ਦੀ ਤਿਆਰੀ ਸੀ, ਉਹ ਬਾਹਰ ਚੱਲਿਆ ਸੀ, ਉਹਦਾ ਨਹੀਂ ਕੋਈ ਇਹੋ ਜਿਹੀ ਗੱਲ। ਹਾਂ, ਐਫ ਆਈ ਆਰ ਦਰਜ ਕਰਤੀ ਆ, ਦੋਸ਼ੀ ਹਜੇ ਗ੍ਰਿਫਤਾਰ ਕਰਨਾ ਬਾਕੀ ਆ, ਦੋਸ਼ੀ ਭੱਜਿਆ ਹੋਇਆ, ਉਹਦੀ ਜਲਦੀ ਗ੍ਰਿਫਤਾਰੀ ਹੋ ਜਾਏ। ਹਾਂਜੀ, ਉਹ ਆ ਜਾਣੀ ਆ, ਦੋ ਤੋਂ ਤਿੰਨ ਪਿੰਡਾਂ ਲੈਣਗੇ, ਮੌਕੇ ਦੀ ਕੋਈ ਐਵਿਡੈਂਸ ਕਲੈਕਟ ਕਰਕੇ ਉਹ ਕੀਤੀ ਜਾ ਰਹੀ ਹੈ। ਮਤਲਬ ਕੀ ਨਾਂ ਤੁਹਾਡਾ, ਤੁਹਾਡੇ ਘਰ ਵਾਲੇ ਦਾ? ਭਜਨ ਸਿੰਘ। ਤੁਹਾਡੇ ਘਰ ਵਾਲੇ ਹੈਗੇ ਆ ਕਿ ਐਕਸਪਾਇਰ ਹੋ ਗਏ? ਇੱਕ ਮੁੰਡੇ ਦਾ ਕਤਲ ਕਿੱਦਾਂ ਹੋਇਆ ਤੁਹਾਡੇ ਦਾ? ਜਿਹੜਾ ਤੁਹਾਡੇ ਮੁੰਡੇ ਦਾ ਕਤਲ ਕਿੱਦਾਂ ਹੋਇਆ? ਪਤਾ ਨਹੀਂ ਮੈਨੂੰ, ਪੁੱਤ ਮੈਂ। ਕੀ ਨਾਂ ਸੀ ਤੁਹਾਡੇ ਮੁੰਡੇ ਦਾ? ਮਨਜੋਤ। ਉਮਰ ਕਿੰਨੀ ਹੈ ਇਹਦੀ? 22 ਸਾਲ ਹੋਣੀ ਹੈ। ਮਨਜੋਤ ਸਿੰਘ ਸਨ ਆਫ ਹਰਭਜਨ ਸਿੰਘ, 22 ਸਾਲ ਹੋ ਗਏ। ਤੁਹਾਡੇ ਘਰ ਵਾਲੇ ਦਾ ਕਿੰਨਾ? ਤੁਸੀਂ ਦਾਦੀ ਹੋ? ਹਾਂ ਜੀ, ਮੈਂ ਦਾਦੀ ਹਾਂ। ਠੀਕ ਹੈ। ਬਾਪ ਮਰ ਗਏ। ਮਾਤਾ ਇਹਨਾਂ ਦੀ? ਮਾਤਾ ਵੀ ਪੂਰੀ ਹੋ ਗਈ। ਅੱਛਾ, ਬਲਵਿੰਦਰ।